ਹੋ ਕਿਵੇਂ ਹੋ ਸਾਰੇ ਜਾਣੇ ਆਈ ਹੋਪ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਵੈਲਕਮ ਬੈਕ ਟੂ ਮਾਈ ਚੈਨਲ ਸੋ ਗਾਈਜ਼ ਜਿਵੇਂ ਕਿ ਪਿੱਛੋਂ ਆਵਾਜ਼ ਆ ਰਹੀ ਹੋਣੀ ਮੀਂਹ ਪੈ ਰਿਹਾ ਆ ਬਹੁਤ ਤੇਜ਼ ਮੀਂਹ ਸਟਾਰਟ ਹੋ ਗਿਆ ਆ ਅਤੇ ਅੱਜ ਮੈਂ ਜਾਣਾ ਆ ਕਲੈਬ 'ਤੇ ਅਤੇ ਫਟਾਫਟ ਮੈਂ ਰੈਡੀ ਹੁੰਦੀ ਹਾਂ ਕਲੈਬ ਮੇਰੀ ਕਿਹਦੇ ਨਾਲ ਆ ਸੋਨਮ ਬਾਜਵਾ ਨਾਲ ਮੇਰੀ ਕਲੈਬ ਹੈ ਮਜ਼ਾ ਆਊਗਾ ਅੱਜ ਦੇਖਦੇ ਹਾਂ ਕਿਵੇਂ ਦਾ ਹੁੰਦਾ ਅੱਜ ਦਾ ਦਿਨ ਅਤੇ ਅੱਜ ਮੈਂ ਵਲੌਗ ਕਰੂੰਗੀ ਅਤੇ ਹੁਣ ਮੈਂ ਫਟਾਫਟ ਰੈਡੀ ਹੋਣਾ ਆ ਅੱਗਿਓਂ ਮੈਂ ਦੋ ਕਰਕੇ ਖੁੱਲ੍ਹ ਛੱਡਦਾ ਵੀ ਸੋ ਲੈਟਸ ਡੂ ਇਟ ਹੁਣ ਤੁਸੀਂ ਫਟਾਫਟ ਦੇਖ ਲਿਓ ਮੈਂ ਕਿੱਦਾਂ ਕਰਦੀ ਹਾਂ ਬਿਕੋਜ਼ ਸਮਝਾਉਣਾ ਮੇਰੇ ਲਈ ਥੋੜ੍ਹਾ ਔਖਾ ਆ ਬਟ ਮੈਂ ਸਮਝਾ ਦਿੰਦੀ ਹਾਂ ਇੱਦਾਂ ਇੱਕ ਪਾਰਟੀਸ਼ਨ ਲਿਆ ਉਸ ਤੋਂ ਬਾਅਦ ਪਹਿਲਾਂ ਪੈਦਾ ਕਰਦੇ ਹਾਂ ਜਿੱਦਾਂ ਮੈਂ ਹਮੇਸ਼ਾ ਕਰਦੀ ਹੁੰਦੀ ਹਾਂ ਜਿੰਨੇ ਕੁ ਅੱਗੇ ਵਾਲੇ ਵਾਲ ਆ ਉਹਨਾਂ ਨੂੰ ਅੱਗੇ ਕਰ ਲਿਆ ਬਾਕੀ ਪਿੱਛੇ ਕਰਤੇ ਮੇਰੇ ਲੰਬੇ ਵਾਲਾਂ ਦਾ ਥੋੜ੍ਹਾ ਔਖਾ ਹੁੰਦਾ ਮੈਨੂੰ ਅਤੇ ਇੱਦਾਂ ਇੱਕ ਪਾਰਟੀਸ਼ਨ ਲਿਆ ਇਹਦੇ ਤਿੰਨ ਪਾਰਟ ਕੀਤੇ ਇਕੁਅਲੀ ਫਿਰ ਜਿੱਦਾਂ ਆਪਾਂ ਨੋਰਮਲ ਗੁੱਤ ਕਰਦੇ ਹਾਂ ਫਿਰ ਇੱਕ ਪਾਰਟ ਲਿਆ ਫਿਰ ਉਹਨੂੰ ਮਰਜ ਕਰਤਾ ਫਿਰ ਇੱਕ ਪਾਰਟ ਲਿਆ ਜਿੱਦਾਂ ਨੋਰਮਲ ਗੁੱਤ ਕਰਦੇ ਹੁੰਦਾ ਕਰੀ ਗਏ ਅਤੇ ਇਹਨੂੰ ਮਰਜ ਕਰੀ ਗਏ ਕਾਫੀ ਜਾਣਿਆਂ ਨੂੰ ਆਉਂਦੀ ਵੀ ਹੋਣੀ ਇਹ ਕਰਨੀ ਅਤੇ ਜਿਹਨਾਂ ਨੂੰ ਨਹੀਂ ਆਉਂਦੀ ਉਹ ਪ੍ਰੈਕਟਿਸ ਕਰਨਗੇ ਉਹਨਾਂ ਨੂੰ ਆ ਜੂਗੀ ਅਤੇ ਫਿਰ ਇਹਨੂੰ ਮਰਜ ਕਰਤਾ ਫਿਰ ਲਿਆ ਫਿਰ ਮਰਜ ਕਰਤਾ ਬਸ ਹੁਣ ਮੈਂ ਇਹਨੂੰ ਇੰਨਾ ਕੀ ਕਰਨਾ ਆ ਉਸ ਤੋਂ ਬਾਅਦ ਆਪਾਂ ਇੰਨਾ ਕੁ ਬਸ ਦੈਟਸ ਇਟ ਫਿਰ ਇਹਨੂੰ ਟਾਈਟਲੀ ਬੰਦ ਕਰ It's so simple guys, you can do it. Okay, ਇੱਥੇ ਮੈਂ ਪਿੰਨ ਲਾ ਲੈਂਦੀ ਹਾਂ ਪਿੰਨ ਚੱਕ ਡਨ ਪਿੰਨ ਲਾ ਲਈ ਬਾਅਦ 'ਚ ਸੈੱਟ ਕਰਾਂਗੇ ਪ੍ਰੋਪਰਲੀ ਲੇਕਿਨ ਹੁਣ ਇੱਧਰੋਂ ਵੀ ਸੇਮ ਚੀਜ਼ ਕਰਨੀ ਆ ਆਪਾਂ ਹਾਂ ਗਰਮੀ ਲੱਗਦੀ ਪਈ ਮੈਂ ਪੱਖਾ ਬੰਦ ਕੀਤਾ ਫਸਟ ਪਾਰਟੀਸ਼ਨ ਲਿਆ ਜਿੱਦਾਂ ਨੋਰਮਲ ਗੁੱਤ ਕਰਦੇ ਹਾਂ ਉਹਦੇ ਤਿੰਨ ਪਾਰਟ ਕਰਤੇ ਵਨ ਗੁੱਤ ਕੀਤੀ ਜਿਵੇਂ ਕਰਦੇ ਹਾਂ ਫਿਰ ਇੱਕ ਪਾਰਟੀਸ਼ਨ ਲਿਆ ਫਿਰ ਉਹਨੂੰ ਉਹ ਕਰਤਾ ਮਰਜ ਫਿਰ ਇੱਕ ਲਿਆ ਫਿਰ ਉਹਨੂੰ ਮਰਜ ਕਰਤਾ ਕਿੰਨੇ ਲਏ ਸੀ ਇੱਕ ਦੋ ਤਿੰਨ ਚਾਰ ਪੰਜ ਇੱਕ ਦੋ ਤਿੰਨ ਇੱਦਾਂ ਮੈਂ ਕਈ ਵਾਰੀ ਗਿਣ ਲੈਂਦੀ ਹੁੰਦੀ ਹਾਂ ਫਿਰ ਲਿਆ ਫਿਰ ਮਰਜ ਕਰਤਾ ਕਿ ਥੋੜ੍ਹਾ ਇਕੁਅਲੀ ਆਵੇ ਫਿਰ ਉਸ ਤੋਂ ਬਾਅਦ ਪਿੱਛੋਂ ਲਿਆ ਐਂਡ ਦੈਨ ਫਿਰ ਮਰਜ ਕਰਤਾ ਹੁਣ ਇਹਨੂੰ ਆਪਾਂ ਅੱਛੇ ਤਰੀਕੇ ਨਾਲ ਟਾਈਟਲੀ ਇਹਨੂੰ ਗੁੰਨ ਲਵਾਂਗੇ ਜਿੱਦਾਂ ਗੁੱਤ ਗੁੰਦੀ ਦੀ ਆ ਗੁੰਨ ਲਵਾਂਗੇ ਨਹੀਂ ਗੁੰਦ ਲਵਾਂਗੇ ਆਟਾ ਆ ਜੋ ਗੁੰਨ ਲਵਾਂਗੇ ਸੋ ਅੱਛੇ ਤਰੀਕੇ ਨਾਲ ਇਹਨੂੰ ਕਰਕੇ ਐਂਡ ਦੈਨ ਇੱਥੇ ਆਪਾਂ ਪਿੰਨ ਲਾ ਲੈਣੀ ਆ ਦੈਟਸ ਇਟ ਅਰੇ ਹੋ ਜਾ ਬਾਈ ਓਕੇ ਸੋ ਮੈਂ ਬਹੁਤ ਲੇਟ ਹੋ ਚੁੱਕੀ ਹਾਂ ਬਟ ਕੀ ਕਰ ਸਕਦੇ ਹਾਂ ਹੁਣ ਤਾਂ ਹੋ ਚੁੱਕੀ ਹਾਂ ਹੁਣ ਆਪਾਂ ਫਟਾਫਟ ਰੈਡੀ ਹੋ ਸਕਦੇ ਹਾਂ ਹੋਰ ਨਹੀਂ ਕੁਛ ਕਰ ਸਕਦੇ ਇਹਨੂੰ ਦੋ ਪਿੰਨਾਂ ਨਾਲ ਅੱਛੇ ਤਰੀਕੇ ਨਾਲ ਟਾਈਟਲੀ ਬੰਨ ਲਾਂਗੇ ਇੱਧਰ ਵੀ ਦੋ ਕੁ ਪਿੰਨਾਂ ਲਾ ਲਾਂਗੇ ਬਿਕੋਜ਼ ਉਹ ਵਾਲੀ ਪਿੰਨ ਮੈਂ ਹਲਕੀ ਵਾਲੀ ਲਾਈ ਸੀਗੀ ਇਹਨੂੰ ਕੱਢ ਕੇ ਕਿਤਨੀ ਮਿਹਨਤ ਹੈ ਇਸਮੇ ਤੋ ਭਾਈ ਆ ਕਿਉਂ ਗਿਆ ਠੀਕ ਹੈ ਉਸ ਤੋਂ ਬਾਅਦ ਦੂਜੀ ਪਿੰਨ ਕਿੱਥੇ ਗਈ ਗਿਰ ਗਈ
सो गाइज मेरा मेकअप हो गया या मेरा हेयर स्टाइल भी हो गया, सो हूँ मैं फटाफट निकल दिया बिकॉज मैं लेट हो चुकी हूँ बहुत ज़्यादा। तो लेट्स गो। सो गाइज मैं हूँ जा रही हूँ तो रस्ते से यहाँ बारिश बहुत तेज़ हो रही सी, हूँ थोड़ी घट हो गई आ बट मैं लेट भी हो गई हूँ, सब कुछ पहुँच पहुँच हो गया, मैंने भुख भी बहुत लगी आ बट जान की एक्साइटमेंट भी बहुत आ। सो हूँ फटाफट चलते हाँ तो देखते हैं किदा का एक्सपीरियंस होंगे अज का। आई एम सो एक्साइटेड। सो गाइज इतने मैं पहुंच गई सी, इतने सी कोलैब साड़ी, हूँ तो मैं जान लगी हाँ वापस घर, तो कोलैब हो गया एंड बहुत ही वधिया एक्सपीरियंस है, बहुत ही ज़्यादा मतलब नैक्सट लैवल, मतलब मेरा हूँ तक का जिन्या भी मैं कोलैब कीतिया ने मतलब आई फील कि सब तो बेस्ट एक्सपीरियंस है, बहुत मज़ा आया, बहुत वधिया लगा मैनू उत्थे जा के कोलैब करके एंड सच्ची बहुत वधिया एक्सपीरियंस है। उन्होंने मैं कोलैब जो तो की उत्थे मेरे नाल कोई नहीं सीगा एंड उत्थे फटाफट काम करना सीगा तो उत्थे मैं कुछ भी रिकॉर्ड नहीं कर पाई, बट हाँ मेरी वीडियो आऊगी जदों तो तुसीं इंस्टाग्राम पर देखियो बहुत जल्दी आजूगी। तो उन्हों की मूवी भी आ रही है जिंद माही 5 अगस्त नूं, तो वह भी देख लियो जाके, काफ़ी अच्छी मूवी है। गाइज घर आ गई मैं काफ़ी ज़्यादा इदा थक्या जहा फील कर रही हूँ बिकॉज मैं राती लेट सुती सी, आई गैस 4-5 ही बज गए से मैं व्लॉग एडिट करते करते एंड अपलोड नहीं हो रहा सीगा, तो इस करके मैं काफ़ी लेट सुती सी, तो फिर मैं सवेरे उठ गई 10 बजे, तो हूँ मैं बहुत ज़्यादा थक गई हाँ, मैं तो नींद जी आ रही, मतलब मैनू है कि मैनू आता है 5-6-7 घंटे 8 घंटे दी तो मैनू नींद चाहिए होंगी, 8 घंटे तो घट तो मैं सोव तो मैं इदा लगता है आए। तो हूँ काफ़ी अच्छा एक्सपीरियंस है, मेरी वीडियो जो आऊगी वो मैं अपलोड करूँगी इंस्टाग्राम पर, तुम चैक कर सकते हो इंस्टाग्राम पर, तो फोटो तुम देख सकते हो एंड बहुत वधिया दिन से बहुत मज़ा आया। आई होप थानू ये वीडियो वधिया लगी होगी, अगर वधिया लगी है तो लाइक शेयर कमेंट जरूर कर दे, मेरे चैनल को सब्सक्राइब कर लो, मिलते हैं फिर नेक्स्ट वीडियो से, बाय बाय, टेक केयर।